ਰਜਿੰਦਰ ਕਿਦਾਂ? ਵਧੀਆ, ਤੁਸੀਂ ਦੱਸੋ? ਠੀਕ ਆ। ਇੱਕ ਕੁਐਸਚਨ ਸੀਗਾ, ਡੇਂਜਰ ਜ਼ੋਨ ਸੁਣਿਆ? ਕੁੱਕਰੀ ਦੇ ਵਿੱਚ ਡੇਂਜਰ ਜ਼ੋਨ ਹੁੰਦਾ। ਹਾਂ। ਡੇਂਜਰ ਜ਼ੋਨ ਦਾ ਕਿਹੜਾ ਟੈਂਪਰੇਚਰ ਹੁੰਦਾ? ਡੇਂਜਰ ਜ਼ੋਨ 5 ਡਿਗਰੀ ਤੋਂ 60। 5 ਡਿਗਰੀ ਤੋਂ 60 ਕੀ ਹੁੰਦਾ ਉਹਦੇ ਵਿੱਚ? ਹੁੰਦਾ ਕੀ ਹੈ ਡੇਂਜਰ ਜ਼ੋਨ ਕੀ? ਮਤਲਬ ਉੱਥੇ ਬੈਕਟੀਰੀਆ ਬੜੀ ਜਲਦੀ ਗਰੋਥ ਤੇ ਹੁੰਦੇ। ਅੱਛਾ, ਬੈਕਟੀਰੀਆ ਬਹੁਤ ਜਲਦੀ। ਓਕੇ, ਮਤਲਬ 5 ਡਿਗਰੀ ਤੋਂ ਉੱਪਰ ਲੈ ਕੇ ਤੇ 60 ਡਿਗਰੀ ਦੇ ਵਿੱਚ ਥੱਲੇ, ਮਤਲਬ ਵਿੱਚ ਵਿੱਚ ਉਹਨਾਂ ਤੋਂ। ਓਕੇ, ਜਾਂ ਤਾਂ ਫਿਰ 5 ਡਿਗਰੀ ਤੋਂ ਥੱਲੇ ਰੱਖੋ ਫੂਡ। ਹਾਂਜੀ। ਤੇ ਜਾਂ ਫਿਰ 60 ਡਿਗਰੀ ਤੋਂ ਉੱਪਰ ਰੱਖੋ। ਮਤਲਬ ਇਦਾਂ ਨਹੀਂ ਹੁੰਦਾ, ਮਤਲਬ ਕਿ ਆਪਾਂ ਉਹਨੂੰ ਜਿਹੜਾ ਉਹਦੇ ਵਿੱਚ ਨਾ 5 ਡਿਗਰੀ ਤੋਂ 60 ਡਿਗਰੀ ਦੇ ਵਿੱਚ ਤਾਂ ਆਪਾਂ ਕੁੱਕ ਕਰਦੇ ਹਾਂ ਜਾਂ ਕੁਛ ਵੀ, ਹੈ ਨਾ, ਜੇ ਉਹ ਥੱਲੇ ਆਉਣਾ ਨਾ 60 ਡਿਗਰੀ ਤੋਂ ਆਪਾਂ ਕੁੱਕ ਆਲਵੇਜ਼ 60 ਉੱਪਰ ਕਰਨਾ ਹੁੰਦਾ, ਥੱਲੇ ਆਉਂਦਾ ਨਾ ਫਿਰ ਉਹ ਮਤਲਬ ਬੈਕਟੀਰੀਆ ਗਰੋ ਹੋਣੇ ਸਟਾਰਟ ਹੁੰਦੇ। ਓਕੇ, ਜੇ ਠੰਡਾ ਫੂਡ ਰੱਖਣਾ ਤਾਂ ਫਿਰ ਕਿਹੜੇ ਟੈਂਪਰੇਚਰ 'ਤੇ ਰੱਖਣਾ? ਠੰਡਾ ਫੂਡ ਰੱਖਣਾ ਤਾਂ ਕਿਹੜੇ ਟੈਂਪਰੇਚਰ 'ਤੇ ਰੱਖਣਾ? ਹਾਂਜੀ, ਲਾਈਕ ਫ੍ਰਿਜ ਹਾਂ, ਉਹ 5 ਤੋਂ ਥੱਲੇ ਹੋਣਾ ਚਾਹੀਦਾ ਨਾ। 5 ਤੋਂ ਥੱਲੇ ਹੋਣਾ ਚਾਹੀਦਾ। ਓਕੇ, ਤੇ ਜੇ ਆਪਾਂ ਗਰਮ ਫੂਡ ਦੇਣਾ ਤਾਂ ਫਿਰ ਉਹ ਕਿਹੜੇ ਟੈਂਪਰੇਚਰ 'ਤੇ ਹੋਣਾ ਚਾਹੀਦਾ? ਮਤਲਬ ਉਹ ਇਹੀ 60 ਤੋਂ ਲੈ ਕੇ 75 ਦੇ ਵਿੱਚ ਵਿੱਚ ਹੋਣਾ ਚਾਹੀਦਾ। ਓਕੇ, ਵੈਰੀ ਗੁੱਡ, ਥੈਂਕ ਯੂ ਸੋ ਮਚ। ਥੈਂਕ ਯੂ।